ਮੈਨੂੰ ਸਾਹਿਬ ਕੀ ਕਹਿਣਾ ਚਾਹੋਗੇ ਜੋ ਪਿਛਲੇ ਦਿਨੀ ਇੱਕ ਗੁਰਦੁਆਰਾ ਸਾਹਿਬ ਨੂੰ ਲੈ ਕੇ ਖਬਰ ਪ੍ਰਕਾਸ਼ਿਤ ਕੀਤੀ ਗਈ ਕਿ ਲੋਹੇ ਦਾ ਟਰੱਕ ਇੱਕੋ ਚੋਰੀ ਕਰਕੇ ਕੋਈ ਲਿਜਾਇਆ ਗਿਆ ਕੀ ਸੀ ਸਾਰਾ ਮਾਮਲਾ ਤੇ ਕੀ ਕਹਿਣਾ ਤੁਸੀਂ ਇਸ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਕਿ ਗੁਰਦੁਆਰਾ ਸ਼੍ਰੋਣੀ ਕਮੇਟੀ ਵੱਲੋਂ ਅੰਦਰੂਨੀ ਕਮੇਟੀ ਦੀ ਵੱਲੋਂ ਬਾਬਾ ਸੁਬੇਕ ਸਿੰਘ ਜੀ ਚਰਨ ਬਾਗ ਵਾਲਿਆਂ ਨੂੰ ਗੁਰਦੁਆਰਾ ਬੌਲੀ ਸਾਹਿਬ ਵਿਖੇ ਵੱਖ-ਵੱਖ ਸੇਵਾਵਾਂ ਦਿੱਤੀਆਂ ਗਈਆਂ ਹਨ ਜਿਸ ਦੇ ਤਹਿਤ ਵਿੱਚ ਉਹ ਗੁਰਦੁਆਰਾ ਦੀ ਮੇਨ ਪਾਰਕਿੰਗ ਵਿੱਚ ਮ੍ਰਿਤਕ ਪ੍ਰਾਣੀਆਂ ਦੀਆਂ ਅਸੀਆਂ ਦਾ ਇਸ਼ਨਾਨ ਘਰ ਬਣਾਇਆ ਜਾ ਰਿਹਾ ਹੈ ਜਿਸ ਜਗ੍ਹਾ ਤੇ ਇਹ ਇਸ਼ਨਾਨ ਘਰ ਬਣਾਇਆ ਜਾਣਾ ਉਸੇ ਕਦੇ ਪੁਰਾਣਾ ਸ਼ੈੱਡ ਸੀ ਜੀ ਉਹ ਪੁਰਾਣਾ ਸ਼ੈੱਡ ਮਿਤੀ 21 ਤਰੀਕ ਨੂੰ ਉਹਨਾਂ ਨੇ ਤੋੜਿਆ ਤੋੜ ਕੇ ਤੇ ਸ਼ਾਮ ਨੂੰ ਆਪਣੀ ਹੀ ਗੱਡੀ ਰੱਖ ਕੇ ਆਪਣੇ ਡੇਰੇ ਲੰਘ ਗਏ ਜੀ ਜਦੋਂ ਕਿ ਇਹ ਜਿਹੜਾ ਪੁਰਾਣਾ ਸਮਾਨ ਹੀ ਗੁਰਦੁਆਰ ਵਿਖੇ ਜਮਾ ਹੋਣਾ ਹੈ ਇਸ ਸਮਾਨ ਬਾਰੇ ਜਦੋਂ ਸਮਾਂ ਲੈ ਕੇ ਜਾ ਰਹੇ ਸੀ ਸਾਡੇ ਮੀਤ ਮਨਜੇ ਸਾਹਿਬ ਨੂੰ ਪਤਾ ਲੱਗਾ ਵੀ ਬਾਬਾ ਜੀ ਲੈ ਕੇ ਜਾ ਰਹੇ ਨੇ ਤੇ ਉਹਨਾਂ ਨੇ ਮੈਨੂੰ ਦੱਸਿਆ ਤੇ ਮੈਂ ਤੁਰੰਤ ਬਾਬਾ ਜੀ ਨੂੰ ਫੋਨ ਕਰਕੇ ਸਾਰਾ ਸਮਾਨ ਵਾਪਸ ਜਿਉਂ ਕਾ ਤੂੰ ਹੀ ਸਮਾਨ ਗਿਆ ਹੀ ਵਾਪਸ ਆ ਕੇ ਤੇ ਸਟੋਰ ਵਿੱਚ ਜਮ੍ਹਾਂ ਕਰ ਲਿਆ ਇਸ ਸਬੰਧੀ ਜਿਹੜੀਆਂ ਅਖਬਾਰਾਂ ਵਿੱਚ ਬੇਬੁਨਿਆਦ ਬੇਲੋੜੀਆਂ ਖਬਰਾਂ ਚਾਹਦੀਆਂ ਹਨ ਉਹ ਬਿਲਕੁਲ ਝੂਠੀਆਂ ਤੇ ਦੇ ਬੁਨਿਆਦਾਂ ਇਹਨੇ ਕਿਤੇ ਤੁਹਾਡੇ ਲੋਕਾਂ ਗਲਤੀ ਨਾਲ ਉਹ ਸਮਾਨ ਲੈ ਜਾਗੇ ਉਸ ਉਸ ਸਮਾਨ ਲੈ ਕੇ ਜਾਂਦੀ ਬਾਬਾ ਜਿਹੜੇ ਸਵੇਖ ਸਿੰਘ ਚਰਨਪਾ ਉਹਨਾਂ ਨੂੰ ਗਲਤੀ ਮੰਨੀ ਗਈ ਜੀ ਇਹ ਸਾਡੇ ਜਿਹੜੇ ਪੈਰੋਕਾਰ ਜਾਂ ਸੰਗਤ ਨੂੰ ਨਾ ਪਤਾ ਹੋਣ ਕਰਕੇ ਉਹਨਾਂ ਨੇ ਟਰੱਕ ਵਿੱਚ ਆਪਣਾ ਸਮਾਨ ਜਦੋਂ ਕਿ ਬਾਬਾ ਜੀ ਨੂੰ ਇੱਥੇ ਕੋਈ ਵੀ ਹਜੇ ਕਮਰਾ ਜਾਂ ਕੋਈ ਹਾਲਾਤ ਸਮਾਨ ਰੱਖਣ ਵਾਸਤੇ ਨਹੀਂ ਦਿੱਤਾ ਗਿਆ ਤੇ ਸਮਾਨ ਆ ਗਿਆ ਜੀ ਵਾਹ ਸਮਾਨ ਆ ਗਿਆ ਜੀ ਵਾਹ ਉਹ ਸਮਾਨ ਵਾਪਸ ਆ ਗਿਆ ਤੇ ਬਾਬਾ ਜੀ ਦੇ ਚ ਜਿਹੜੇ ਟੋਕਰੇ ਬਿੰਨੂ ਕਈਆਂ ਬਾਲਟੇ ਆਦੋ ਆਪਣੀ ਗੱਡੀ 'ਚ ਲੈ ਕੇ ਜਾਂਦੇ ਲੈ ਕੇ ਆਉਂਦੇ ਨੇ ਸ਼ਾਂ ਨੂੰ ਲੈ ਕੇ ਚਲੇ ਜਾਂਦੇ ਹਨ ਤੇ ਉਸੇ ਤਹਿ ਤੇ ਜਿਹੜਾ ਸਮਾਨ ਦੇ ਨਾਲ 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 ਹੀ ਉਹ ਲੈ ਕੇ ਚਲ ਗਏ ਗਲਤੀ ਨਾਲ ਜਿਹੜੇ ਬਿਨਾਂ ਤਥਾਂ ਤੋਂ মিডিਆ ਵਾਲੇ ਵੀ ਖਬਰਾਂ ਪ੍ਰਕਾਸ਼ਿਤ ਕਰਦੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਦਾ ਸਾਰੇ ਵੀਰਾਂ ਨੂੰ ਜਿਸ ਜੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਨ ਦੀ ਕੋਈ ਖਬਰ ਆ ਉਹ ਦਾਸੇ ਨੋਟਿਸ ਵਿੱਚ ਲਿਓਣ ਉਹਨੂੰ ਉਹਦੀ ਕਲੈਰੀਫਿਕੇਸ਼ਨ ਲੈਣ ਵੀ ਇਹ ਗੱਲ ਸਹੀ ਆ ਕਿ ਗਲਤ ਆ ਜੇ ਅਸੀਂ ਕਿਸੇ ਵੀ ਤਰ੍ਹਾਂ ਗਲਤ ਹੋਈ ਅਸੀਂ ਮਾਫੀ ਮੰਗਾਂਗੇ ਪਰ ਨਿਰਮੋਲ ਖਬਰਾਂ ਲਾਉਣ ਦਾ ਕੋਈ ਆਧਾਰ ਨਹੀਂ ਗੁਰਦੁਆਰਾ ਸਾਹਿਬ ਦਾ ਮੈਸੇਜ ਜਿਹੜੀ ਪਿਛਲੇ ਦਿਨ ਖਬਰ ਲੱਗੀ ਜਾਵਾ ਇਹਦਾ ਤੁਹਾਡਾ ਕੋਈ ਵਰਸ਼ਨ ਲਿਆ ਉਹਨਾਂ ਜੀ ਮੇਰਾ ਕੋਈ ਵਰਜ਼ਨ ਲਿਆ ਮੈਨੂੰ ਉਹਨਾਂ ਨੇ ਇੱਕ ਗੱਲ ਪੁੱਛੀ ਵੀ ਆਪਣਾ ਵਰਜ਼ਨ ਦਿਓ ਮੈਂ ਉਹਨੂੰ ਦਫ਼ਤਰ ਆਉਣ ਬਾਰੇ ਕਿਹਾ ਵੀ ਪਰ ਦਫ਼ਤਰ ਨਹੀਂ ਆਏ ਉਹ ਖਬਰ ਲਾਗੇ ਹੀ ਮੇਰੇ ਕੋਲ ਮੇਰੇ ਕੋਲ ਵੀ ਨਹੀਂ ਆਈ ਬਾਰੋ-ਬਾਰੀ ਉਹ ਖਬਰਾਂ ਰਾਲੇ ਮੇਰੇ ਕੋਲ ਆਈ ਨਹੀਂ ਉਹਨਾਂ ਮੇਰੀ ਕਲੈਰੀਫਿਕੇਸ਼ਨ ਅਗਲੇ ਦਿਨ ਲਈ ਹੈ ਪਰੰਤੂ ਉਹ ਨੂੰ ਬੜੀ ਤਰੋਰ ਮਨੋੜ ਕੇ ਪੇਸ਼ ਕੀਤਾ ਗਿਆ ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ ਪੇਜ ਫੋਲੋ ਕਰੋ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ YouTube ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ ਹਰ ਇੱਕ ਤਰ੍ਹਾਂ ਦੀ ਲੇਟੈਸਟ ਬ੍ਰੇਕਿੰਗ ਖਬਰ ਲਈ ਸਾਨੂੰ ਤੁਸੀਂ Instagram ਦੇ ਉੱਤੇ ਵੀ ਫੋਲੋ ਕਰੋ ਦੇਸ਼ ਵਿਦੇਸ਼ ਦੀ ਹਰ ਇੱਕ ਤਰ੍ਹਾਂ ਦੀ ਖਬਰ ਹੁਣ ਤੁਹਾਨੂੰ ਮਿਲੇਗੀ ਸਿਰਫ ਅੱਜ ਦੀ ਆਵਾਜ਼ ਦੇ ਉੱਤੇ ਤੁਸੀਂ ਅਸ ਦੀ ਆਵਾਜ਼ ਦਾ ਈ-ਪੇਪਰ ਐਡੀਸ਼ਨ ਪੜਨ ਲਈ ਸਾਡੀ ਵੈੱਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ ਕੈਨੇਡਾ ਹੋਵੇ ਜਾਂ ਫਿਰ ਇੰਗਲੈਂਡ ਅਮਰੀਕਾ ਹੋਵੇ ਜਾਂ ਫਿਰ ਆਸਟ੍ਰੇਲੀਆ ਪੰਜਾਬੀ ਭਾਈਚਾਰੇ ਨਾਲ ਜੁੜੀ ਹਰ ਇੱਕ ਖਬਰ ਪਹੁੰਚਾਈ ਜਾਵੇਗੀ ਤੁਹਾਡੇ ਤੱਕ ਚੁੱਕੇ ਜਾਣਗੇ ਮਸਲੇ ਹੋਵੇਗੀ ਹੱਕ ਦੀ ਗੱਲ ਗਰੀਬਾਂ ਅਤੇ ਪਿਛੜਿਆਂ ਦਾ ਇੱਕੋ ਇੱਕ ਪਰੋਸੇਮਾਨ ਨਿਊਜ਼ ਚੈਨਲ ਅਸ ਦੀ ਆਵਾਜ਼ ਰੋਜ਼ਾਨਾ ਅਸ ਦੀ ਆਵਾਜ਼ ਪੰਜਾਬ ਦੀ ਪਰੋਸੇਮਾਨ ਅਖਬਾਰ